ਹੋਰ ਫਿਰ ਦਲੇਰ ਕਿਵੇਂ ਚੱਲਦਾ? ਚੱਲ ਤਾਂ ਮਾੜੀ ਰਿਹਾ ਬਾਈ, ਕਿਉਂਕਿ ਜਦੋਂ ਵੀ ਸੋਸ਼ਲ ਮੀਡੀਆ ਖੋਲੀਦਾ ਕੋਈ ਨਾ ਕੋਈ ਸਾਲੀ ਮਾੜੀ ਖਬਰ ਆਈ ਹੋ ਰਹਿੰਦੀ ਹੈ। ਮੈਂ ਤਾਂ ਸੋਸ਼ਲ ਮੀਡੀਆ ਬੰਦ ਹੀ ਕਰਤਾ ਦਲੇਰ, ਮੈਂ ਕੋਈ ਨਾ ਹੁਣ ਰੀਲ ਹਾਂ, ਦੇਖਾਂ ਨਾ ਸਵਾਈਪ ਇਹ ਕਰਾਂ, ਲੂਪ ਆ, ਕੁਛ ਵੀ ਨਹੀਂ, ਬੰਦ ਕਰਤਾ, ਕਿਉਂਕਿ ਲੂਪ ਯਾਰ ਆ ਰਣਵੀਰ, ਇਹ ਲੂਪ ਆ। ਇੱਕ ਰੀਲ ਦੇਖਣ ਲੱਗ ਜਾ ਨਾ ਬੰਦਾ ਉਹ ਡੂੰਘੇ ਹੀ ਲੰਘੀ ਜਾਂਦਾ, ਹੋਰ ਰੀਲ ਆਈ ਜਾਂਦੀ ਹੈ, ਹੋਰ ਰੀਲ ਆਈ ਜਾਂਦੀ ਹੈ, ਹੋਰ ਰੀਲ ਆਈ ਜਾਂਦੀ ਹੈ। ਅਸਲ 'ਚ ਨਾ ਆਪਾਂ ਸਵਾਦਾਂ ਨੇ ਬੌਲੇ ਕਰਤੇ, ਆਪਾਂ ਹਾਸੇ ਠੇਠੇ ਬਿਲਕੁਲ ਬਾਹਰ ਅੰਦਰ ਮਿਲਦੇ ਨਹੀਂ ਹੈਗੇ। ਕੋਈ ਮਾੜੀ ਜਿਹੀ ਲੰਡੂ ਜੀ ਵੀ ਰੀਲ ਹੁੰਦੀ ਹੈ ਨਾ, ਆਪਾਂ ਨੂੰ ਉਹ ਤੋਂ ਵੀ ਹਾਸਾ ਆ ਜਾਂਦਾ, ਆਪਾਂ ਅਸਲ ਦੇ ਵਿੱਚ ਹਾਸੇ ਲੱਭਦੇ ਫਿਰਦੇ ਹਾਂ। ਆਪਾਂ ਸਹੀ ਇਹ ਗੱਲ ਆ, ਬੇਰੁੱਖੇ ਮੁਲਕਾਂ ਦੇ ਵਿੱਚ ਹਾਸੇ ਲੱਭਣ ਦੇ ਬਹਾਨੇ ਲੱਭਦੇ ਹਾਂ, ਬਹਾਨੇ ਆਪਾਂ ਨੂੰ ਰੀਲਾਂ ਥਰੂ ਲੱਭਦੇ ਨੇਗੇ, ਪਰ ਉਹੀ ਰੀਲਾਂ ਨੂੰ ਨਾ ਸਕਰੋਲ ਕਰਦੇ ਕਰਦੇ ਕੋਈ ਸਹੀ ਇਹੋ ਜਿਹੀ ਗੱਲ ਖਬਰ ਆ, ਆ ਜਾਂਦੀ ਹੈ ਯਾਰ ਵੀ ਸਾਲਾ ਯਾਰ ਵੀ ਇਹ ਚੀਜ਼ ਕਿਉਂ ਹੋਈ ਹੈ ਨਾ। ਹੁਣ ਜਿਵੇਂ ਰੀਸੈਂਟਲੀ ਇੱਕ ਹਮਿਲਟਨ ਦੀ ਗੱਲ ਆਈ ਸੀ ਨਾ, 2 ਕੁ ਦਿਨ ਪਹਿਲਾਂ ਮੁੰਡਾ ਲਾਪਤਾ ਹੋਇਆ, ਵੀ ਉਹਦੀ ਫੋਟੋ ਵੀ ਪਾਈ ਹੈ ਨਾ, ਵੀ ਬਾਈ ਲੱਭ ਨਹੀਂ ਰਿਹਾ, ਮਤਲਬ ਪਿੰਡੂ ਨੇ ਇਹਨੂੰ ਵੀ ਪਾਈ ਸੀ, ਬਾਈ ਨੂੰ ਲੱਭ ਨਹੀਂ ਰਿਹਾ। ਅਤੇ ਰਣਵੀਰ ਜਿਹੜੀ ਉਹਨੇ ਸਟੋਰੀ ਪਾਈ ਤੀ ਹੈ ਨਾ ਪਿੰਡੂ ਕਨੇਡੀਅਨ ਨੇ, ਵੀ ਭਾਈ ਮੁੰਡਾ 2 ਦਿਨਾਂ ਦਾ ਲਾਪਤਾ, ਅਤੇ ਉਹ ਬਾਈ ਦੀ ਨਾ 2 ਦਿਨ ਬਾਅਦ ਉੱਥੇ ਦਰਖਤ 'ਤੇ ਲਟਕੀ ਲਾਸ਼ ਮਿਲੀ ਆ ਹਮਿਲਟਨ ਦੇ ਵਿੱਚ। ਮਤਲਬ ਯਾਰ ਦੇਖ ਕੇ ਸਾਲਾ ਮਨ ਬੜਾ ਦੁਖੀ ਹੁੰਦਾ, ਵੀ ਸਾਲਾ ਯਾਰ ਹੋ ਕੀ ਰਿਹਾ, ਵੀ ਆਪਣੇ ਲੋਕ ਜਾ ਕਿੱਧਰ ਨੂੰ ਰਿਹਾ, ਕਿਉਂ ਆਪਣੇ 'ਤੇ ਇੰਨਾ ਮੈਂਟਲ ਸਟ੍ਰੈਸ, ਜਿਹੜੀ ਚੀਜ਼ ਉੱਭਰ ਕੇ ਆਈ ਹੈ ਪਿਛਲੇ ਕੁਛ ਕੁ ਸਾਲਾਂ ਤੋਂ। ਪਹਿਲਾਂ ਸਾਲਾ ਪਿੰਡਾਂ 'ਚ ਰਹਿੰਦੇ ਕਦੇ ਸੁਣੀ ਨਹੀਂ ਹੈਗੀ ਆਹ ਚੀਜ਼ ਯਾਰ, ਕੋਈ ਡਿਪਰੈਸ਼ਨ, ਕੋਈ ਸਟ੍ਰੈਸ ਨਾ, ਸਾਈਕੋਲੋਜੀ ਮੈਂ ਪੜ੍ਹੀ ਉੱਥੇ 11ਵੀਂ 12ਵੀਂ 'ਚ ਨਾ, ਉਹ ਪੜ੍ਹਦੇ ਤੇ ਯਾਰ ਇਹ ਕੀ ਚੀਜ਼ਾਂ ਨੇ ਨਾ, ਉਦੋਂ ਐਵੇਂ ਲੱਗਦਾ ਸੀ, ਪਰ ਯਾਰ ਆਹ ਚੀਜ਼ਾਂ ਕਦੇ ਸੁਣੀ ਨਹੀਂ ਗਏ, ਵੀ ਆਹ ਚੀਜ਼ਾਂ ਯਾਰ ਆਪਣੇ ਲੋਕਾਂ 'ਤੇ ਵੀ ਹਾਵੀ ਹੋ ਸਕਦੀਆਂ ਨੇ, ਕੀ ਇਹ ਚੀਜ਼ਾਂ ਦੀ ਪਕੜ 'ਚ ਆਪਣੇ ਲੋਕ ਵੀ ਆ ਸਕਦੇ ਨੇ, ਵੀ ਆਪਾਂ ਵੀ ਇਹ ਚੀਜ਼ਾਂ ਉਹ ਕਰ ਸਕਦੇ ਹਾਂ। ਦੇਖੋ ਚਲੋ ਹਿਊਮਨ ਮਾਈਂਡ ਹੈ, ਉਹ ਤਾਂ ਸਾਰੇ ਨਾ ਸਕਦੇ ਨੇ, ਪਰ ਯਾਰ ਬੜਾ ਦੁੱਖ ਹੁੰਦਾ ਜਦੋਂ ਕੋਈ ਆਪਣਾ, ਕੋਈ ਆਪਣਾ ਵੀਰ ਭਾਈ, ਕੋਈ ਆਪਣੀ ਏਜ ਮੇਟ ਦਾ ਬੰਦਾ ਹੈ ਨਾ, ਕੋਈ ਆਪਣਾ ਜਵਾਕ ਆਹ ਚੀਜ਼ ਟੋਲਰੇਟ ਨਹੀਂ ਕਰ ਪਾਉਂਦਾ, ਅਤੇ ਆਹ ਚੀਜ਼ ਬਾਈ ਕਿਸੇ ਨਾਲ ਹੋ ਜਾਂਦੀ ਹੈ ਨਾ। ਇਹ ਚੀਜ਼ ਵੀ ਨਹੀਂ, ਮੈਂ ਕਈ ਚੀਜ਼ਾਂ ਦੇਖੀਆਂ ਨੇ, ਆਪਣੇ ਮੁੰਡੇ ਲਾਪਤਾ ਬਹੁਤ ਹੋ ਰਹੇ ਨੇ ਵਿੱਚ ਕੁੜੀਆਂ ਨਾ, ਵੀ ਬੰਦਾ ਆਹ ਤਰੀਕ ਨੂੰ ਦੇਖਿਆ ਭਾਈ ਹੈ ਨਾ, ਲਾਸਟ ਇੱਥੇ ਤੱਕ ਦੇਖਿਆ ਹੈਗਾ, ਕੀ ਰੀਜ਼ਨ ਨੇ ਕਿ ਯਾਰ ਲੋਕ ਇੱਕ ਚੀਜ਼ ਦਾ ਹਵਾਲਾ ਦੇ ਦਿੰਦੇ ਨੇ ਨਾ, ਨਸ਼ਾ ਅਤੇ ਸਟ੍ਰੈਸ ਡਿਪਰੈਸ਼ਨ, ਯਾਰ ਵੀ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਨੇ, ਕਿਉਂ ਆਪਣੇ ਲੋਕ ਇਹ ਚੀਜ਼ਾਂ ਨੂੰ ਆਪਣੇ ਦਿਮਾਗ 'ਤੇ ਇੰਨਾ ਹਾਵੀ ਹੋਣ ਦਿੰਦੇ ਨੇ, ਕੀ ਗੱਲ ਕੀ ਹੈ ਇਹ? ਦਲੇਰ ਉਹੀ ਆ ਨਾ, ਗਾਣਾ ਨਹੀਂ ਸੁਣਿਆ ਤੂੰ ਤਾਂ ਵੀ ਹੱਸਦੇ ਹੀ ਰਹਿੰਦੇ ਹਾਂ, ਉਹ ਗੱਲਾਂ ਸੀ ਪੰਜਾਬ ਦੀਆਂ, ਉੱਥੇ ਬੈਠ ਕੇ ਗੱਲਾਂ ਬਾਤਾਂ ਮਾਰਦੇ ਸੀ ਹੈ ਨਾ, ਆਪਦੇ ਦੋਸਤਾਂ ਮਿੱਤਰਾਂ ਨਾਲ, ਸੱਥ 'ਚ ਬਜ਼ੁਰਗਾਂ ਨਾਲ, ਦਰਵਾਜ਼ੇ ਬੈਠ ਕੇ, ਖੁੰਡ 'ਤੇ ਬੈਠ ਕੇ, ਅਤੇ ਬੈਠ ਕੇ ਉਹ ਜੇਕਰ ਕਦੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਸਟ੍ਰੈਸ ਵੀ ਹੁੰਦੀ ਹੈ ਨਾ, ਪਹਿਲੀ ਗੱਲ ਤਾਂ ਸਾਰੀ ਫੈਮਿਲੀ ਹੁੰਦੀ ਆ, ਬੰਦੇ ਦੇ ਦਿਮਾਗ 'ਤੇ ਹੀ ਨਹੀਂ ਆਉਂਦੀ ਕੋਈ ਗੱਲ ਨਹੀਂ ਮਿਲ ਕੇ ਕਰ ਲਾਂਗੇ ਯਾਰ, ਜੇ ਕੋਈ ਬੰਦੇ ਨੂੰ ਕੋਈ ਟੈਨਸ਼ਨ ਹੁੰਦੀ ਆ ਉਹ ਖਤਮੇ ਹੋ ਜਾਂਦੀ ਆ, ਕਿਉਂਕਿ ਸਪੋਰਟ ਹੁੰਦੀ ਆ, ਇੱਥੇ ਹੁੰਦੇ ਨੇ ਜਵਾਕ, ਯਾਰ ਜੇ ਕੋਈ ਬੰਦੇ ਨੂੰ ਕੋਈ ਟੈਨਸ਼ਨ ਹੁੰਦੀ ਆ ਉਹ ਖਤਮੇ ਹੋ ਜਾਂਦੀ ਆ, ਕਿਉਂਕਿ ਸਪੋਰਟ ਹੁੰਦੀ ਆ, ਇੱਥੇ ਹੁੰਦੇ ਨੇ ਜਵਾਕ, ਇਕੱਲੇ 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 ਕਹਿ ਰਹੇ ਹੁੰਦੇ ਨੇ। ਅਤੇ ਜੇ ਆਪਾਂ ਇਹ ਵੀ ਗੱਲ ਕਹੀਏ ਨਾ ਕਿ 2-4 ਦੋਸਤ ਇਕੱਠੇ ਵੀ ਰਹਿੰਦੇ ਨੇ, ਜਿਵੇਂ ਮੈਂ ਤੈਨੂੰ ਪਹਿਲਾਂ ਕਿਹਾ ਕਿ ਮਨੀ ਮਾਈਂਡਡ ਦਿਮਾਗ ਹੋ ਜਾਂਦਾ, ਜਾਂ ਫਿਰ ਸ਼ਿਫਟਾਂ ਦੇ ਵਿੱਚ ਕਈ ਵਾਰ ਘਰਦਿਆਂ ਦੀ ਯਾਦਦਾਰੀ ਹੁੰਦੀ ਆ, ਉਹ ਗੱਲਾਂ ਹੋ ਜਾਂਦੀਆਂ ਨੇ, ਉਹਦੇ ਵਿੱਚ ਬੰਦਾ ਆਪਸ ਦੇ ਵਿੱਚ ਵੀ ਗੱਲਾਂ ਨਹੀਂ ਸ਼ੇਅਰ ਕਰ ਸਕਦਾ ਹੈਗਾ। ਤਾਂ ਇਸ ਤੋਂ ਇਲਾਵਾ ਤੈਨੂੰ ਮੈਂ ਇੱਕ ਗੱਲ ਇਹਦੇ ਕਰਕੇ ਆ, ਮਤਲਬ ਜੋ ਵੀ ਗੱਲਾਂ ਹੋ ਰਹੀਆਂ ਨੇ ਸਿਰਫ ਇਸ ਕਰਕੇ ਹੁੰਦੇ, ਮੈਂਟਲ ਸਟ੍ਰੈਸ ਆ ਇਸ ਕਰਕੇ ਰਿਹਾ ਕਿਉਂਕਿ ਦੇਸ਼ ਹੀ ਇੰਨਾ ਰੁੱਖਾ, ਇੱਥੇ ਆਪਾਂ ਜੇ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਹੁੰਦੀ ਆ ਉਹ ਸਾਂਝੀ ਕਰਨ ਵਾਸਤੇ ਬੰਦਾ ਨਹੀਂ ਲੱਭਦਾ ਹੈਗਾ। ਅਤੇ ਦਲੇਰ ਹੀ ਇੰਸੀਡੈਂਟ ਦੇ ਮਤਲਬ ਮੈਨੂੰ ਇੱਕ ਹੋਰ ਮਿਲਿਆ, ਇਹ ਤਾਂ ਚੱਲ 3-4 ਦਿਨ ਪੁਰਾਣੀ ਗੱਲ, ਇੱਕ ਅੱਜ ਦੀ ਗੱਲ ਦੱਸਦਾ ਤੈਨੂੰ ਮੈਂ। ਮੇਰਾ ਕੋਈ ਰਿਲੇਟਿਵ ਪੜ੍ਹਦਾ ਅਲਫਾ ਅਕੈਡਮੀ 'ਚ, ਸੈਂਟ ਲਾਰੈਂਸ ਸਕਾਰਬਰੋ ਹੈ ਨਾ, ਉੱਥੇ 1.5 ਮਹੀਨੇ ਪਹਿਲਾਂ ਕਾਲਜ ਦਾ ਹੀ ਸਟੂਡੈਂਟ, ਉਹਦੀ ਡੈਥ ਹੋ ਗਈ ਸੀ, ਉਹਨੇ ਸੁਸਾਈਡ ਅਟੈਂਪਟ ਕੀਤੀ, ਅਤੇ ਕਾਲਜ ਵਾਲਿਆਂ ਨੇ ਸਾਰਿਆਂ ਨੂੰ ਦੱਸਿਆ ਹੈ ਨਾ ਕਿ ਹਾਂ ਵੀ ਤੁਸੀਂ ਵੀ ਆਪਣਾ ਧਿਆਨ ਰੱਖੋ, ਵੀ ਕੋਈ ਪਰਵਾਹ ਕਰਨ ਦੀ ਕੋਈ ਲੋੜ ਹੈ ਨਹੀਂ।
ਤੇ ਸਾਰਿਆਂ ਨੂੰ ਉਹ ਮੁੰਡੇ ਦੀਆਂ ਫੋਟੋਆਂ ਵੀ ਦਿਖਾਈਆਂ ਕਾਲਜ ਵਾਲਿਆਂ ਨੇ, ਤੇ ਫਿਰ ਕੀ ਹੋਇਆ ਹੁਣ ਅੱਜ ਹੀ ਦੁਬਾਰਾ ਕਾਲਜ ਵਾਲਿਆਂ ਦੀ ਈਮੇਲ ਆਈ ਆ ਉਹ ਬੰਦੇ ਦਾ, ਇੱਕ ਬੰਦਾ ਹੋਰ ਕੱਲ੍ਹ ਹੀ ਉਸ ਬੰਦੇ ਨੇ ਸੁਸਾਈਡ ਅਟੈਂਪਟ ਕੀਤੀ ਆ, ਸੇਮ ਕਾਲਜ ਦਾ ਮੁੰਡਾ, ਅਤੇ ਸਾਰਿਆਂ ਨੂੰ ਈਮੇਲ ਕੀਤੀ ਆ ਕਾਲਜ ਵਾਲਿਆਂ ਨੇ ਕਿ ਹਾਂ ਕਿ ਜੇ ਕੋਈ ਹੋਰ ਵੀ ਬੰਦਾ ਕੋਈ ਸਟ੍ਰੈਸ ਦੇ ਵਿੱਚ ਹੈਗਾ, ਟੈਨਸ਼ਨ ਦੇ ਵਿੱਚ ਹੈਗਾ, ਤਾਂ ਤੁਸੀਂ ਪਲੀਜ਼ ਕੋਈ ਗਲਤ ਸਟੈਪ ਨਾ ਚੱਕਿਓ, ਤੁਸੀਂ ਐਂ ਕਰੋ ਆ ਥੱਲੇ ਦਿੱਤਾ ਸਾਈਕੈਟ੍ਰਿਸਟ ਦਾ ਨੰਬਰ ਹੈ ਅਤੇ ਫੋਨ ਲਾ ਦਿਓ, ਵੀ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਰਿਹਾ, ਉੱਪਰੋਂ ਕਾਲਜ ਵਾਲਿਆਂ ਨੇ ਚਲੋ ਠੀਕ ਹੈ ਇੱਕ ਵਧੀਆ ਚੱਲ ਸਟੈਪ ਹੈਗਾ ਸਾਰਿਆਂ ਨੂੰ ਸਮਝਾਉਣਾ, ਪਰ ਇਹਦੇ ਨਾਲ ਕੀ ਆ ਜਵਾਕ ਸਾਈਕੈਟ੍ਰਿਸਟਾਂ ਕੋਲ ਜਾਣ ਲੱਗ ਗਏ, 18-18 ਸਾਲ ਦੇ ਜਵਾਕ, ਕਿ ਮਤਲਬ ਕੀ ਟਾਈਮ ਚੱਲ ਰਿਹਾ ਦਲੇਰ, ਇਹ ਇੱਥੇ ਆ ਕੀ ਹੋ ਰਿਹਾ, ਪੰਜਾਬ 'ਚ ਇਹ ਚੀਜ਼ ਕਦੇ ਨਹੀਂ ਹੁੰਦੀ। ਰਣਵੀਰ ਸਾਈਕੈਟ੍ਰਿਸਟ ਕੀ ਹੁੰਦੇ ਨੇ ਨਾ, ਸਾਈਕੈਟ੍ਰਿਸਟ ਕੀ ਹੁੰਦੇ ਨੇ ਜੇ ਆਪਾਂ ਨੋਰਮਲ ਪੂਰੇ ਸ਼ਬਦਾਂ 'ਚ ਗੱਲ ਕਰੀਏ, ਹੈ ਨਾ, ਸਾਈਕੈਟ੍ਰਿਸਟ ਉਹ ਬੰਦਾ ਹੈ, ਇੱਕ ਸਟ੍ਰੇਂਜਰ ਹੈ, ਇੱਕ ਉਹ ਬੰਦਾ ਵੀ ਤੁਸੀਂ ਇਹਨੂੰ ਨਹੀਂ ਜਾਣਦੇ ਅਤੇ ਉਹ ਤੁਹਾਨੂੰ ਨਹੀਂ ਜਾਣਦਾ, ਤੁਸੀਂ ਉਹ ਤੁਹਾਨੂੰ ਤੁਹਾਡੇ ਦਿਲ ਦਾ ਰਾਜ ਪੁੱਛਦਾ ਇੱਕ ਵਧੀਆ ਤਰੀਕੇ ਨਾਲ, ਹੈ ਨਾ, ਤੁਹਾਨੂੰ ਮਤਲਬ ਭਰਮਾਉਂਦਾ, ਉਹ ਵਧੀਆ ਗੱਲਾਂ ਕਰਦਾ ਤੁਹਾਡੇ ਨਾਲ, ਤੁਹਾਨੂੰ ਦਿਲ ਦਾ ਰਾਜ ਪਾਉਂਦਾ, ਤਾਂ ਤੁਹਾਡੇ ਤੋਂ ਉਹ ਮਤਲਬ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦਾ ਵੀ ਤੇਰੇ ਨਾਲ ਹੋਇਆ ਕੀ ਹੈ, ਅਤੇ ਇਹ ਚੀਜ਼ ਤੂੰ ਨਾ ਆਪਦੇ 'ਤੇ ਹਾਵੀ ਹੋਣ ਦੇ, ਹੈ ਨਾ ਯਾਰ, ਆਪਣੀਆਂ ਤਾਂ ਬੇਬੀ ਸਾਈਕੈਟ੍ਰਿਸਟ ਨੇ, ਸਹੀ ਗੱਲ ਆ, ਆਪਣੀਆਂ ਤਾਂ ਦਾਦੀਆਂ, ਆਪਣੇ ਦਾ ਆਂਢ ਗੁਆਂਢ ਸਾਈਕੈਟ੍ਰਿਸਟ ਹੈ, ਆਪਣਾ ਦਾ ਪੂਰਾ ਕੋਈ ਆਪਣਾ ਪੱਕਾ ਆੜੀ ਹੁੰਦਾ ਉਹ ਸਾਈਕੈਟ੍ਰਿਸਟ ਹੈ ਬਈ ਯਾਰ। ਅਸਲ ਮੈਂ ਨਾ ਆਪਣਾਪਣ ਖਤਮ ਹੋ ਗਿਆ, ਗੱਲ ਇਹੀ ਆ, ਜਿੱਥੇ ਆਪਣਾਪਣ ਖਤਮ ਹੋ ਜਾਏ ਨਾ ਉੱਥੇ ਤੁਹਾਨੂੰ ਸਾਈਕੈਟ੍ਰਿਸਟ ਦੀ ਲੋੜ ਪੈਂਦੀ ਹੈ, ਅਤੇ ਕਿਤੇ ਨਾ ਕਿਤੇ ਇਹੀ ਚੀਜ਼ ਹੈ ਵੀ ਤੁਹਾਡਾ ਕੋਈ ਆਪਣਾ ਤੁਹਾਨੂੰ ਮਤਲਬ ਲਾ ਲਓ ਵੀ ਜਾਂ ਤਾਂ ਯਾਰ ਕਈ ਚੀਜ਼ਾਂ ਨੇ ਵੀ ਨਹੀਂ ਆਪਣਾ ਉਹ ਕਰ ਰਿਹਾ ਤੁਹਾਡੇ ਮਤਲਬ, ਹੈ ਨਾ, ਕਈ ਚੀਜ਼ਾਂ ਹੁੰਦੀਆਂ ਵੀ ਤੁਹਾਡੇ ਆਪਸ 'ਚ ਪਹਾੜੇ ਇੰਨੇ ਪੈ ਗਏ, ਤੁਹਾਡੇ ਨੁਕਸਾਨੇ ਇੰਨੇ ਹੋ ਗਏ, ਹੈ ਨਾ, ਵੀ ਤੁਹਾਨੂੰ ਉਹ ਚੀਜ਼ ਫਿਰ ਤਾਂ ਚਲੋ ਅੱਡ ਗੱਲ ਆ, ਪਰ ਯਾਰ ਜਦੋਂ ਖਾਸ ਕਰ ਆਪਣੇ ਬੰਦੇ ਨਾਲ ਹੁੰਦੀਆਂ ਨੇ ਇਹ ਚੀਜ਼, ਤਾਂ ਮੈਨੂੰ ਲੱਗਦਾ ਨਹੀਂ ਵੀ ਇਹ ਸਾਈਕੈਟ੍ਰਿਸਟ ਲਵੇ ਜਾਣ ਦੀ ਲੋੜ ਹੈਗੀ ਹੈ, ਕਿਉਂਕਿ ਆਪਣੇ ਤਾਂ ਮਤਲਬ ਬੜਾ ਉਹ ਹੁੰਦਾ, ਪਰ ਯਾਰ ਉਰੇ ਜਾਊਗਾ ਵੀ ਕਿਹਦੇ ਨਾਲ ਬੰਦਾ, ਉਰੇ ਕਨੇਡਾ 'ਚ ਜਾਊਗੀ ਵੀ ਕਿਹਦੇ ਕੋਲ, ਕਿਸੇ ਕੋਲ ਟਾਈਮ ਨਹੀਂ, ਉਹਦੇ ਕੋਲ ਵੀ ਟਾਈਮ ਨਹੀਂ ਹੈਗਾ, ਪੰਜਾਬ 'ਚ ਗੱਲ ਮੈਂ ਮੰਨਦਾ ਚੱਲ ਪੰਜਾਬ 'ਚ ਬੰਦਾ ਉਹ ਕਰ ਲੈਂਦਾ, ਪਰ ਹਾਂ ਇੱਥੇ ਤਾਂ ਕੋਈ ਟਾਈਮ ਹੀ ਹੈ ਨਹੀਂ ਯਾਰ, ਕਿਹਦੇ ਨਾਲ ਗੱਲ ਕਰੂਗਾ, ਕੀ ਰਾਬਤਾ ਕਰੂਗਾ, ਹੈ ਨਾ, ਕਿਸੇ ਨਾਲ ਗੱਲ ਕਰਨੀ ਵੀ ਹੋਊਗੀ ਉਹ ਸ਼ਿਫਟ 'ਤੇ ਹੋਊਗਾ, ਉਹ ਕਹੂਗਾ ਮੈਂ ਗੱਲ ਨਹੀਂ ਕਰ ਸਕਦਾ, ਹੈ ਨਾ, ਘਰ ਆਉਣ ਤੱਕ ਵੇਟ ਕਰੂਗਾ ਉਹਦੀ, ਕੀ ਕਰੂਗਾ, ਇੰਨੇ ਨੂੰ ਸੌਂ ਜੂਗਾ ਸਵੇਰੇ ਫਿਰ ਉਹ ਬਾ, ਮਤਲਬ ਊਂ ਗੱਲ ਆ ਵੀ ਗੱਲ ਕਰੂਗਾ ਵੀ ਕਿਹਦੇ ਨਾਲ ਯਾਰ ਬੰਦਾ, ਪਰ ਕਿਤੇ ਨਾ ਕਿਤੇ ਇਕੱਲਾ ਸਟ੍ਰੈਸ ਵੀ ਕਾਰਨ ਜੇ ਦੇਖਿਆ ਜਾਵੇ, ਹੈ ਨਾ, ਵੀ ਹੋਰ ਨਹੀਂ ਹੈਗਾ ਵੀ ਸਟ੍ਰੈਸ ਆ ਵੀ ਕਿੱਥੋਂ ਰਿਹਾ, ਗੱਲ ਉਹ ਵੀ ਮੈਟਰ ਕਰਦੀ ਹੈ ਨਾ, ਕਈ ਵਾਰ ਬੰਦੇ ਨੂੰ ਪਰਿਵਾਰ ਕੋਲ ਤੋਂ ਹੀ ਸਟ੍ਰੈਸ ਬਹੁਤ ਮਿਲਦਾ, ਪਰਿਵਾਰ ਪ੍ਰੈਸ਼ਰ ਪਾਉਂਦਾ ਵੀ ਤੁਸੀਂ ਯਾਰ ਫੀਸਾਂ ਕੱਢੋ, ਕੰਮ ਨਹੀਂ ਮਿਲਿਆ, ਜਿਵੇਂ ਮਰਜ਼ੀ ਕੱਢੋ, ਸਾਡੇ ਹੱਥ ਬਸ ਨਹੀਂ ਹੈਗਾ, ਅਸੀਂ ਕੁਛ ਨਹੀਂ ਕਰਦੇ ਹੈਗੇ, ਹਾਂ ਕੰਮ ਨਹੀਂ ਮਿਲ ਰਿਹਾ, ਮੈਂ ਕਹਿ ਰਿਹਾ ਯਾਰ ਕੰਮ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ ਕੰਮ, ਜੀਰੋ ਪੱਧਰ 'ਤੇ ਪਾਰਟ ਟਾਈਮ ਹੁੰਦੇ ਹੋ ਤੁਸੀਂ, ਜਦੋਂ ਸਟੂਡੈਂਟ ਆਉਂਦੇ ਹੋ ਤੁਹਾਨੂੰ ਕੰਮ ਨਹੀਂ ਹੈਗਾ, ਕਿਵੇਂ ਕੋਈ ਕੰਮ ਦਬਾ ਦੂਗਾ, ਹੁਣ ਮੈਂ ਆ, ਮੈਂ ਹੁਣ ਟਰੱਕ ਚਲਾਉਣਾ, ਮੇਰੇ ਨਾਲ ਦੇ ਸਾਰੀ ਟਰੱਕ ਚਲਾਉਂਦੇ ਨੇ, ਹੈ ਨਾ, ਕੋਈ ਆਉਂਦਾ ਸਟੂਡੈਂਟ, ਹੈ ਨਾ, ਹੁਣ ਉਹ ਮੈਂ ਉਹਨੂੰ ਕਿਵੇਂ ਕਹਿ ਦੂੰਗਾ ਮੈਂ ਤੈਨੂੰ ਵੇਅਰ ਹਾਊਸ 'ਚ ਕੰਮ ਦਵਾ ਦੂੰਗਾ, ਮੈਨੂੰ ਲਿੰਕ ਹੀ ਹੈ ਨਹੀਂ, ਮੈਂ ਖੁਦ ਵੇਅਰ ਹਾਊਸ 'ਚ ਨਹੀਂ ਕੰਮ ਕਰ ਰਿਹਾ, ਮੈਂ ਕਿਵੇਂ ਕੰਮ ਦਵਾ ਦੂੰਗਾ, ਹਾਂ ਮੈਂ ਗਾਹਾਂ ਦੀ ਗਾਹਾਂ ਕਹਿ ਸਕਦਾ, ਹੁਣ ਉਹ 'ਤੇ ਡਿਪੈਂਡ ਹੈ, ਹੁਣ ਕੌਣ ਕਿਸੇ ਦੂਜੇ ਤੀਜੇ ਬੰਦੇ ਦੀ ਗੱਲ ਸੀਰੀਅਸ ਲੈਂਦਾ ਹੈਗਾ, ਕੌਣ ਕਿਸੇ ਨੂੰ ਉਹ ਕਰਦਾ ਹੈਗਾ, ਕੰਮ ਸੱਚੇ ਬੰਦੇ ਨੂੰ ਆਪਾਂ ਦੱਸਦੇ ਹਾਂ ਨਾ, ਉਹਦੇ ਵੀ 3-4 ਰਿਸ਼ਤੇਦਾਰ ਆਏ ਹੁੰਦੇ ਨੇ, ਉਹਨਾਂ ਨੂੰ ਵੀ ਕੰਮ 'ਤੇ ਲਵਾਉਣਾ ਹੁੰਦਾ, ਉਹ ਕਹਿੰਦੇ ਨਹੀਂ ਹੁੰਦੇ, ਕਹਿੰਦੇ ਜਾਂ ਤਾਂ ਗੱਲ ਗਾਹਾਂ ਗਾਹਾਂ ਜਾ ਕੇ ਲੰਬੀ ਹੋ ਜਾਂਦੀ ਹੈ, ਜਾਂ ਗੱਲ ਗਾਹਾਂ ਗਾਹਾਂ ਜਾ ਕੇ ਛੋਟੀ ਹੋ ਜਾਂਦੀ ਹੈ, ਪਰ ਆਹ ਪੱਧਰ ਦੇ ਵਿੱਚ ਗਾਹਾਂ 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 ਗੱਲ ਜਾ ਕੇ ਛੋਟੀ ਹੋ ਜਾਂਦੀ ਹੈ, ਕੋਈ ਸੀਰੀਅਸ ਨਹੀਂ ਲੈਂਦਾ। ਫਿਰ ਮੇਰਾ ਕੋਈ ਇੱਕ ਯਾਰ ਦੋਸਤ ਆ ਬ੍ਰੈਂਪਟਨ ਦੇ ਵਿੱਚ, ਉਹਦੇ ਉਹਨੇ ਨਾ ਮੈਨੂੰ ਆਹ ਦਸੰਬਰ ਦੇ ਵਿੱਚ, ਹਾਂ ਨਵੇਂ ਸਾਲ 'ਤੇ ਉਹਨੇ ਕੀਤੀ ਸੀ ਪਾਰਟੀ, ਉਹ ਨਵੇਂ ਸਾਲ ਦੀ ਪਾਰਟੀ ਦੇ ਵਿੱਚ ਉਹਨੇ ਲਗਭਗ 70-80 ਬੰਦੇ ਬੁਲਾਏ ਸੀ ਕੈਨੇਡਾ ਦੇ,
ਕੈਨੇਡਾ ਰੇੜੇ ਆਲੇ ਦੁਆਲੇ ਰਹਿੰਦੇ ਸੀ ਹੈ ਨਾ, ਕਿ ਹਾਂ ਦੋਸਤ ਇਨਵਾਈਟ ਕੀਤੇ ਸੀ, ਦੋਸਤ ਰਿਸ਼ਤੇਦਾਰ ਜੋ ਵੀ ਹੈਗੇ ਸੀ, ਅਤੇ ਉਸੇ ਟਾਈਮ ਹੀ ਉਹਦੇ ਦੋ ਬਹੁਤ ਖਾਸ ਰਿਸ਼ਤੇਦਾਰ ਕੈਨੇਡਾ ਆਏ ਸੀ, ਅਤੇ ਉਹ ਬੰਦੇ ਨੇ ਲੱਗ ਮੈਂ ਕਹਿੰਦਾ ਵੀ ਜਦੋਂ 70-80 ਬੰਦੇ ਜਿਹੜੇ ਬੁਲਾਏ ਨੇ, ਉਹ ਕੋਈ ਸ਼ਿਫਟ ਤੋਂ ਆ ਰਿਹਾ ਸੀ, ਕੋਈ ਕਿਤੋਂ ਆ ਰਿਹਾ ਸੀ, ਸਾਰੇ ਬੰਦੇ ਚਲੋ ਆ ਗਏ ਹੈ ਨਾ, ਬਹੁਤ ਵਧੀਆ ਉਹਨਾਂ ਨੇ ਹਿੱਸਾ ਪਾਇਆ। ਪਰ ਉਹ ਬੰਦੇ ਦਾ ਮੈਨੂੰ ਕੱਲ੍ਹ ਫੋਨ ਆਇਆ, ਕਹਿੰਦਾ ਜਿਹੜੇ ਉਦੋਂ ਦੋ ਬੰਦੇ ਆਏ ਸੀ ਨਾ, ਉਹ ਦੋ ਬੰਦਿਆਂ ਨੂੰ ਹਜੇ ਤੱਕ ਕੰਮ ਨਹੀਂ ਮਿਲਿਆ ਹੈਗਾ। ਕਹਿੰਦਾ ਪਾਰਟੀ ਦੇ ਵਿੱਚ ਜਿਹੜੇ 70 ਬੰਦੇ ਆਏ ਸੀ ਨਾ, 70 ਦੇ 70 ਬੰਦਿਆਂ ਨੂੰ ਮੈਂ 7-7 ਵਾਰ ਕਹਿਤਾ ਹੋਊਗਾ ਵੀ ਕੰਮ ਦਵਾ ਦਿਉ, ਕੋਈ ਬੰਦਾ ਕੰਮ ਨਹੀਂ ਆ ਰਿਹਾ ਹੈਗਾ। ਮੈਂ ਕਿਹਾ ਵੀ ਉਹੀ ਗੱਲ ਆ ਨਾ, ਵੀ ਪਾਰਟੀਆਂ 'ਚ ਆਉਣ ਵਾਸਤੇ ਸਾਰੇ ਹੁੰਦੇ ਨੇ, ਪਰ ਕੋਈ ਹੈਲਪ ਇਸ ਟਾਈਮ ਕਰ ਵੀ ਨਹੀਂ ਸਕਦਾ, ਕਿਸੇ ਦੇ ਹੱਥ 'ਚ ਹੀ ਨਹੀਂ ਹੈਗੀ। ਉਹ ਬੰਦਾ ਇੰਨੀ ਟੈਨਸ਼ਨ ਦੇ ਵਿੱਚ ਸੀ ਇਸ ਟਾਈਮ, ਮਾਹੌਲ ਐਸਾ ਆ ਗਿਆ। ਫਿਰ ਹਜੇ 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 ਦਲੇਰ ਰਿਸ਼ਤੇਦਾਰਾਂ ਦੇ ਅੱਗੇ ਨਹੀਂ ਪਤਾ ਵੀ ਮੇਣੇ ਵੀ ਆਉਂਦੇ ਹੋਣ, ਵੀ ਪਾਰਟੀਆਂ ਦਾ ਤੂੰ 100-100 ਬੰਦਿਆਂ ਨੂੰ ਦਿੱਤੀਆਂ, ਉਹਨਾਂ ਸਾਰਿਆਂ 'ਚੋਂ ਕੋਈ ਬੰਦਾ ਨਹੀਂ ਹੈਗਾ ਜਿਹੜਾ ਕੰਮ ਦਵਾ ਸਕਿਆ। ਅਤੇ ਮਤਲਬ ਕਈ ਗੱਲ ਕਹਿ ਜਾਂਦੇ ਨੇ ਸਾਨੂੰ, ਇੰਨੇ ਇੰਨੇ ਸਾਲ ਹੋ ਗਏ ਯਾਰ ਤੁਸੀਂ ਕੰਮ ਨਹੀਂ ਦਵਾ ਰਹੇ, ਜੇ ਅਸੀਂ ਹੁੰਦੇ ਸਾਨੂੰ ਪਤਾ ਨਹੀਂ ਕੀ ਕੀ ਦਵਾਉਂਦੇ। ਉਹ ਗੱਲ ਆ ਜਾਣਾ ਹਾਸੇ ਖੇਡੇ ਜਾ ਜਾਂਦੀ ਗੱਲ, ਪਰ ਬਈ ਕੰਮ ਦਾ ਮਾੜੀ ਹਾਲ ਬਹੁਤ ਹੋ ਗਿਆ ਯਾਰ। ਅਸਲ ਮੈਂ ਮਾੜਾ ਹਾਲ ਐਵੇਂ ਹੋ ਗਿਆ ਨਾ, ਹੁਣ ਤੁਸੀਂ ਨਵੇਂ ਆਉਣੇ ਹੋ, ਤੁਸੀਂ ਹੈਗੇ ਹੋ ਪਾਰਟ ਟਾਈਮ, ਡਿਮਾਂਡ ਹੈਗੀ ਆ ਫੁੱਲ ਟਾਈਮ ਦੀ, ਫੁੱਲ ਟਾਈਮ ਦੀ ਡਿਮਾਂਡ ਵੀ ਸਰਕਾਰ ਦੀ ਗਲਤੀ ਹੋਆ ਬਈ। ਜਦੋਂ ਇਹਨਾਂ ਨੇ ਅੱਧੇ ਸਟੂਡੈਂਟਾਂ ਨੂੰ ਕਹਿਤਾ ਵੀ ਤੁਸੀਂ 40 ਘੰਟੇ ਕਰ ਸਕਦੇ ਹੋ, ਤਾਂ ਡਿਮਾਂਡਾਂ ਆਲਰੇਡੀ ਪੂਰੀਆਂ ਹੋ ਗਈਆਂ, ਜਿੱਥੇ ਜਿੱਥੇ ਰਿਕੁਆਇਰਮੈਂਟ ਸੀ ਕੋਈ ਲੱਗਿਆ ਹੋਇਆ ਸੀ ਉਹਨਾਂ ਨੂੰ, ਫਿਰ ਫੁੱਲ ਟਾਈਮ ਬੰਦਾ ਪਸੰਦ ਹੈਗਾ, 8-8 ਬੰਦਾ ਪਸੰਦ ਆ ਜਿਹੜਾ 2 ਦਿਨ ਆਵੇ, ਉਹਨੂੰ ਤਾਂ ਉਹ ਬੰਦਾ ਪਸੰਦ ਨਾ ਜਿਹੜਾ 4-5 ਦਿਨ ਆਵੇ ਕੰਮ ਕਰੇ। ਹੁਣ ਤੁਸੀਂ ਨਹੀਂ ਕਰ ਸਕਦੇ ਕੰਮ ਬਈ, ਰਿਕੁਆਇਰਮੈਂਟ ਸੁਣੀਆਂ ਇਹਨਾਂ ਨੇ, ਪੋਲਿਸੀਆਂ ਇਹੋ ਜਿਹੀਆਂ ਕਰੀਆਂ ਨੇ, ਹੁਣ ਕੀ ਕਰੂ ਬੰਦਾ, ਕਿੱਧਰ ਜਾਊਗਾ। ਬਿਲਕੁਲ, ਚਲੋ ਹੋਰ ਛੱਡੋ, ਫੁੱਲ ਟਾਈਮ ਨੂੰ ਵੀ ਨਹੀਂ ਮਿਲ ਰਿਹਾ ਕਿਉਂਕਿ ਫੁੱਲ ਟਾਈਮ ਪੋਜੀਸ਼ਨ ਵੀ ਫੁੱਲ ਨਹੀਂ। ਅਪ੍ਰੈਲ ਤੱਕ ਸਟੂਡੈਂਟਾਂ ਦੇ ਜਿਹੜੇ 40 ਘੰਟੇ ਕੰਮ ਕਰ ਸਕਦੇ ਸੀ ਉਹ ਹੁਣ ਪਾਰਟ ਟਾਈਮ ਹੋ ਜਾਣਗੇ, ਤੇ ਉਸ ਤੋਂ ਬਾਅਦ ਜੇ ਕਿਸੇ ਵੀ ਕੰਪਨੀ ਦੇ ਵਿੱਚ ਤੁਸੀਂ ਕਿਸੇ ਨਾਲ ਗੱਲ ਕਰ ਲਓ ਜਾਂ ਕੋਈ ਵੀ ਦੋਸਤ ਮਿੱਤਰ ਨਾਲ, ਬ੍ਰੈਂਪਟਨ ਦੇ ਵਿੱਚ ਥੋੜ੍ਹਾ ਜਿਹਾ ਘੱਟ ਆ, ਪਰ ਬ੍ਰੈਂਪਟਨ ਦੇ ਹੋਰ ਥੋੜ੍ਹਾ ਜਿਹਾ ਬਾਹਰ ਆਪਾਂ ਗੱਲ ਕਰਾਂਗੇ ਤਾਂ ਹਰ ਜਗ੍ਹਾ 'ਤੇ ਹੁਣ ਹੈਗੇ ਨੇ ਯੂਕਰੇਨੀ। ਬ੍ਰੈਂਪਟਨ ਮਿਸਾਗਾ ਦੇ ਵਿੱਚ, ਮਿਸੀਸਾਗਾ ਦੇ ਵਿੱਚ ਇੰਨੇ ਕੁ ਯੂਕਰੇਨੀ ਨੇ, 75% ਸਰਕਾਰ ਪੇ ਕਰ ਰਹੀ ਹੈ ਸਾਰੀ ਦੀ ਸਾਰੀ ਤਨਖਾਹ ਦੇ ਵਿੱਚੋਂ। ਜੇ ਪੰਜਾਬੀ ਸਟੂਡੈਂਟ ਨੂੰ ਉਹਨਾਂ ਨੇ $20 'ਤੇ ਕੋਈ ਕੰਮ ਦੇਣਾ ਨਾ, ਤਾਂ ਯੂਕਰੇਨ ਵਾਲਿਆਂ ਨੇ ਸਿਰਫ $5 ਦੇਣੇ ਨੇ, $15 ਸਰਕਾਰ ਦਊਗੀ। ਇਹ ਸਾਰੀਆਂ ਸਕੀਮਾਂ ਉਹਨਾਂ ਨੂੰ ਮਿਲ ਰਹੀਆਂ ਨੇ, ਪਤਾ ਨਹੀਂ ਸਰਕਾਰ ਕੋਲ ਉਹਨਾਂ ਵਾਸਤੇ ਪੈਸਾ ਆ ਰਿਹਾ, ਸਾਡੇ ਤੋਂ ਲੈ ਲੈ ਕੇ ਉਹਨਾਂ ਨੂੰ ਪੈਸੇ ਦੇਈ ਜਾ ਰਹੇ ਨੇ। ਏਅਰਪੋਰਟ 'ਤੇ ਆਉਂਦੇ 3000 ਮਿਲਦਾ, ਹਰੇਕ ਮਹੀਨੇ ਮਿਲਦਾ ਉਹਨਾਂ ਨੂੰ, ਅਕੋਮੋਡੇਸ਼ਨ ਮਿਲਦੀ ਆ। ਹੁਣ ਤੁਸੀਂ ਲਾ ਲਓ ਸਾਹਿਬ, ਹੁਣ ਰਣਵੀਰ ਜਿਹਨੂੰ ਹੁਣ ਮੈਂ ਆਪਦਾ ਬਿਜਨਸ ਆ, ਮੈਨੂੰ ਐਂ ਆ ਮੈਨੂੰ $5 ਦੇ ਬੰਦਾ ਕੰਮ ਕਰਨ ਵਾਲਾ ਮਿਲ ਰਿਹਾ, ਮੈਂ ਤਾਂ ਉਹਨੂੰ ਵੀ ਕੰਮ ਦੇਊਂ ਵੀ ਹਾਂ ਭਾਈ ਸਰਕਾਰ ਆਵੇ ਦੇਖੂਗੀ ਪਿੱਛੇ, ਠੀਕ ਆ। ਹੁਣ ਮੈਂ ਵੀ ਮੈਂ ਜਿੰਨੇ ਮੈਂ 4 ਬੰਦਿਆਂ ਨੂੰ ਪੈਸੇ ਦੇਣੇ ਨੇ, ਠੀਕ ਹੈ, ਉਹਨਾਂ ਮੈਨੂੰ 1 ਬੰਦੇ ਨੂੰ ਦੇ ਕੇ ਸਰ ਰਿਹਾ, ਜਿੰਨਾ ਮੈਂ 1 ਬੰਦੇ ਨੂੰ ਪੈਸੇ ਦਿੰਦੇ ਨੇ 4 ਨੂੰ ਦੇ ਕੇ ਸਰ ਰਿਹਾ, ਉਦੋਂ ਵੀ 30 ਹਿੱਸਾ ਸੱਚ। ਹਾਂ ਜਿੰਨਾ ਮੈਂ ਸਾਲਾ 1 ਬੰਦੇ ਨੂੰ ਪੈਸੇ ਦੇਣੇ ਨੇ, ਇੰਨੇ ਮੇਰੇ 4 ਆ ਰਹੇ ਨੇ ਬੰਦੇ, ਸੱਚ ਮੈਂ ਉਲਟ ਬੋਲ ਗਿਆ ਦੀ, ਇੰਨੇ 1 ਮਤਲਬ 4 ਬੰਦੇ ਨੂੰ ਮੈਂ ਉਹ ਦੇ ਸਕਦਾ ਉਵੇਂ, ਅਤੇ ਬਾਕੀ ਸਰਕਾਰ ਆਪ ਦੇਖੂਗੀ ਮਤਲਬ ਗੱਲ ਸਹੀ ਆ ਕਿੱਧਰ ਹੀ ਆ, ਮਤਲਬ ਫਿਰ ਕਿਵੇਂ ਸੋਚ ਸਕਦੇ ਪੈਸਾ ਹੋਊਗਾ ਯਾਰ। ਪੈਸਾ ਤਾਂ ਇਹਨਾਂ ਨੇ ਉਹ ਮੁਫਤ ਖੋਰੀਆਂ ਦੇ ਰੱਖਣੇਗੇ। ਹੁਣ ਜਿਹੜੇ ਤੁਹਾਨੂੰ ਤੁਸੀਂ ਇੰਨੇ ਟੈਕਸ ਭਰ ਕੇ ਆਏ ਹੋ ਹੁਣ ਕੈਨੇਡਾ ਆਏ ਹੋ, ਕਿੰਨੇ ਕਿੰਨੇ ਲੱਖ ਦਿੱਤੇ ਆਪਾਂ ਨੇ ਨਾ, ਵਿੱਚ ਕਿਸੇ ਨੇ ਜ਼ਮੀਨ ਗਹਿਣੇ ਰੱਖੀ, ਕਿਸੇ ਨੇ ਕੀ ਕੀਤਾ ਹੈ ਨਾ, ਪੁਰਾਣੇ ਬਜ਼ੁਰਗਾਂ ਦੀ ਮਿਹਨਤ ਨੂੰ ਆਪਣੇ ਕਿਵੇਂ ਉਹ ਚੀਜ਼ ਲਾਈ ਹੈ ਨਾ ਉਰੇ, ਹੈ ਨਾ, ਕਿਵੇਂ ਸਰਕਾਰ ਖਿੱਲੀਆਂ ਉਡਾ ਰਹੀ ਹੈ ਆਪਣੀ ਉਹੀ ਗੱਲ ਇਹ, ਤੁਹਾਨੂੰ ਕੰਮ ਵੀ ਨਹੀਂ ਮਿਲ ਰਿਹਾ, ਉੱਥੋਂ ਤਾਂ ਇੰਨੇ ਪੈਸੇ ਵੀ ਵਸੂਲ ਲਏ ਹੈ ਨਾ, ਉੱਥੋਂ ਕਾਲਜ ਦੀ ਫੀਸ ਉੱਤੇ ਆ ਜਾਂਦੀ ਹੈ, ਕਿੱਧਰ ਜਾਊ ਬੰਦਾ ਬਾਈ, ਕੀ ਕਰੂ, ਮੈਂਟਲ ਸਟ੍ਰੈਸ ਕਿਤੇ ਨਾ ਕਿਤੇ ਅਸਰ ਪਾਊ, ਇਹ ਕਿੰਨਾ ਕੁ ਦਿਮਾਗ ਹੁੰਦਾ 18 ਸਾਲ ਦੇ ਜਵਾਕ ਦਾ। ਦਲੇਰ ਉਹੀ ਆ ਨਾ ਵੀ ਜਿਵੇਂ ਉਹ ਨਹੀਂ ਹੁੰਦੀ, ਮੈਨੂੰ ਕਿਸੇ ਬੰਦੇ ਨੇ ਕਿਹਾ ਕਹਿੰਦੇ ਤੂੰ ਨਾ
ਜਦੋਂ ਸ਼ਾਮ ਨੂੰ ਜਦੋਂ ਸੂਰਜ ਢਲ ਰਿਹਾ ਹੁੰਦਾ ਨਾ, ਉਦੋਂ ਤੁਸੀਂ ਜਿਹੜੀ ਤੇਰੀ ਸ਼ੈਡੋ ਹੁੰਦੀ ਆ, ਜਿਹੜੀ ਛਾਂ ਹੁੰਦੀ ਆਪਦੀ ਹੀ, ਜੇ ਤੂੰ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਹੋਰ ਅੱਗੇ ਜਾਈ ਜਾਊਗੀ। ਪਰ ਜੇ ਤੂੰ ਪੁੱਠੇ ਪਾਸੇ ਨੂੰ ਜਾਣ ਲੱਗ ਜਾਏਗਾ, ਆਪਦੀ ਸ਼ੈਡੋ ਤੋਂ ਪਰਾਂ ਜਾਣ ਲੱਗੇ, ਤਾਂ ਸ਼ੈਡੋ ਤੇਰੇ ਪਿੱਛੇ ਪਿੱਛੇ ਆਊਗੀ। ਹੁਣ ਇੱਥੇ ਸ਼ੈਡੋ ਹੈ ਕਨੇਡਾ, ਤੁਸੀਂ ਉਹਨੂੰ ਪਿੱਛੇ ਪਏ ਪਏ ਹੋ, ਪਿੱਛੇ ਪਏ ਪਏ ਉਨੀ ਉਹਦੀ ਹਵਾ ਖਰਾਬ ਹੋਈ ਪਈ ਆ। ਜੇ ਤੁਸੀਂ ਉੱਥੇ ਜਾਣਾ, ਲੋਕ ਕਹਿ ਦੇਣ ਵੀ ਇਸ 'ਤੇ ਜਾਂਦੇ ਹੀ ਨਹੀਂ ਹੈਗੇ, ਫਿਰ ਭਾਵੇਂ ਕਹਿ ਦੇਣ ਵੀ ਹਾਂ 3,000 ਡਾਲਰ ਦੇਵਾਂਗੇ ਇੱਥੇ ਤੋਂ। ਪਹਿਲਾਂ ਵੀ ਤਾਂ ਟੋਫੀਆਂ ਵੰਡੀਆਂ ਨੇ TR2PR ਦੀਆਂ। ਸਹੀ ਗੱਲ ਆ। ਅਤੇ ਚੱਲ ਕੋਈ ਨਹੀਂ ਹੈ ਨਾ, ਅਤੇ ਬਈ ਅਸੀਂ ਥੋੜ੍ਹਾ ਜਿਹਾ ਗੱਲ ਇਸ ਵਿਸ਼ੇ 'ਤੇ ਤਾਂ ਕੀਤੀ ਨਾ, ਇੱਕ ਮੈਂਟਲ ਸਟ੍ਰੈਸ 'ਤੇ ਗੱਲ ਕਰਨੀ ਬਣਦੀ ਆ, ਹੈ ਨਾ। ਅਤੇ ਤੁਸੀਂ ਵੀ ਨਾ, ਤੁਹਾਡਾ ਕੋਈ ਬਾਹਰਲਾ ਆਇਆ, ਕੋਈ ਰਿਸ਼ਤੇਦਾਰ ਆਇਆ, ਕਦੇ ਉਹਨੂੰ ਟੀਜ਼ ਨਾ ਕਰੋ ਵੀ ਤੂੰ ਵਿਹਲਾ ਬੈਠਾ ਹੋਵੇ, ਤੂੰ ਕੀ ਕਰ ਰਿਹਾ ਹੋਵੇ ਨਾ, ਉਹਨੂੰ ਯਾਰ ਵਧੀਆ ਗੱਲ ਕਰੋ, ਕੋਈ ਗੱਲ ਨਹੀਂ ਬਈ, ਜੇ ਕੰਮ ਨਹੀਂ ਮਿਲਿਆ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ ਹੈਗਾ, ਅਸੀਂ ਆਪੇ ਕੋਈ ਕੁਛ ਵੀ ਹੋ ਜੂ, ਕੋਈ ਚੱਕਰ ਨਹੀਂ, ਗਾਹਾਂ ਕਰ ਲਾਂਗੇ, ਉਹ ਕਰ ਲਾਂਗੇ, ਹੀਲਾ ਅਸੀਂ ਆਪੇ ਕਰਾਂਗੇ, ਉਹ ਚੀਜ਼ ਕਰ ਲਾਂਗੇ। ਹੌਸਲਾ ਦਿਓ ਯਾਰ ਉਹਨੂੰ, ਉਹਨੂੰ ਟਾਈਮ ਦੀ ਕਲਾ ਨਾ ਕਰਿਆ ਕਰੋ, ਉਹਨੂੰ ਐਂ ਹੋਵੇ ਵੀ ਹਾਂ ਯਾਰ ਮੇਰੇ ਪਿੱਛੇ ਹੈਗੇ ਨੇ। ਕੁਛ ਨਹੀਂ ਹੁੰਦਾ ਹੈਗਾ ਯਾਰ, ਪੈਸਾ ਤਾਂ ਅੱਜ ਹੈਗਾ ਕੱਲ੍ਹ ਨੂੰ ਨਹੀਂ ਹੈਗਾ ਯਾਰ, ਆਹ ਚੀਜ਼ ਪਿੱਛੇ ਆਪਾਂ ਆਪਦੀ ਸਿਹਤ ਆਪਦੇ ਦਿਮਾਗ 'ਤੇ ਫਰਕ ਪਾ ਲਈਏ। ਇੱਕ ਨੌਜਵਾਨ ਬੰਦਾ ਯਾਰ ਕਿੱਡੀ ਪੋਟੈਂਸ਼ੀਅਲ ਹੁੰਦੀ ਇੱਕ ਨੌਜਵਾਨ 'ਚ, ਕੀ ਕੁਛ ਕਰ ਸਕਦਾ ਹੈ ਨਾ, ਕੀ ਕੁਛ ਨਹੀਂ ਕਰ ਸਕਦਾ ਉਹ ਬੰਦਾ ਯਾਰ, ਇੱਕ ਨੌਜਵਾਨ ਬੰਦਾ ਹੈ ਨਾ, ਉਹ ਨੌਜਵਾਨ ਬੰਦਾ ਇੱਕ ਆਹ ਚੀਜ਼ ਕਰਕੇ ਟੈਨਸ਼ਨ ਲੈ ਜਾਂਦਾ ਨਾ, ਉਹ ਬੜਾ ਦੁੱਖ ਹੁੰਦਾ ਜੀ ਸੋਚ ਕੇ। ਦਲੇਰ ਆਪਾਂ ਨੇ ਕਈ ਵਾਰ ਬਜ਼ੁਰਗਾਂ ਤੋਂ ਨਹੀਂ ਸੁਣਿਆ, ਕਈ ਵਾਰ ਆਪਣੇ ਹੈ ਨਾ ਬਜ਼ੁਰਗ ਕਹਿ ਦਿੰਦੇ ਨੇ ਹੈ ਨਾ, ਉਹ ਵੀ ਮੈਂ ਆਹ ਚੀਜ਼ ਤੋਂ ਉੱਥੇ ਰੱਖ ਕੇ ਭੁੱਲਿਆ, ਜਾਂ ਆਹ ਚੀਜ਼ ਉੱਥੇ ਰੱਖ ਕੇ ਭੁੱਲ ਗਈ ਹੈ ਨਾ, ਦਾਦੀ ਕਹਿ ਦਿੰਦੀ ਆ ਉਹ ਮੈਂ ਤਾਂ ਗਲਾਸ ਰੱਖ ਕੇ ਭੁੱਲ ਗਈ, ਜਾਂ ਕੁਛ ਇਹੋ ਜਿਹੀ ਗੱਲਬਾਤ ਹੁੰਦੀ ਛੋਟੀ ਛੋਟੀ ਗੱਲਾਂ, ਇਹ ਅੱਜ ਕੱਲ੍ਹ 18-18 ਸਾਲ ਦੇ ਜਵਾਕ ਭੁੱਲਣ ਲੱਗ ਗਿਆ ਜਿਹੜੀ ਛੋਟੀ ਛੋਟੀ ਗੱਲਾਂ। ਇਹ ਸਟ੍ਰੈਸ ਹੁੰਦਾ ਜਿਹੜਾ ਇੱਕ ਬੁਢਾਪੇ ਦੀ ਉਮਰ 'ਤੇ ਆ ਕੇ ਦਿਮਾਗ 'ਚ ਥੋੜ੍ਹੀ ਵੀਕਨੈਸ ਆਉਣੀ ਸ਼ੁਰੂ ਹੁੰਦੀ ਹੈ ਨਾ, ਉਹ 18 ਸਾਲ ਦੀ ਉਮਰ ਦੇ ਜਵਾਕਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ। ਇਹ ਸੋਚੋ ਵੀ ਗੱਲ ਕਿੱਥੇ ਜਾ ਰਹੀ ਆ ਹੁਣ, ਨੋਰਮਲ ਚਲੋ। ਫਿਰ ਹੁਣ ਬੁਢਾਪੇ 'ਚ ਤੂੰ ਆਹ ਵੀ ਦੇਖਣਾ ਰਣਵੀਰ, ਹਾਂ ਹਾਂ, ਹੁਣ ਉਹ 70 ਸਾਲ ਦੀ ਉਮਰ ਹੁੰਦੀ ਹੈ, ਕਿੱਡੇ ਤਜਰਬੇ ਹੁੰਦੇ ਨੇ, ਇੰਨੇ ਤਜਰਬਿਆਂ 'ਚ ਬੰਦਾ ਕਿਤੇ ਨਾ ਕਿਤੇ ਬੰਦਾ ਫੇਡ ਕਰਨ ਲੱਗ ਜਾਂਦਾ ਨਾ, ਬੰਦਾ ਭੁੱਲਣ ਲੱਗ ਜਾਂਦਾ ਹੈਗਾ। ਹੁਣ 18 ਸਾਲ ਦੇ ਤਾਂ ਐਡੇ ਕੋਈ ਤਜਰਬੇ ਵੀ ਨਹੀਂ ਹੁੰਦੇ ਵੀ ਹਾਂ ਬੰਦਾ ਉਹ ਚੀਜ਼ ਨੂੰ ਫੇਡ ਕਰਕੇ ਭੁੱਲਣ ਲੱਗ ਜੇ। ਸਟੇਟਸ ਦੇਖਦੇ ਆ ਹਰੇਕ ਬੰਦੇ ਕਹਿੰਦੇ ਵੀ ਤਜਰਬੇ ਨੇ ਸਾਡੇ, ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਇੰਨੇ ਸਟਰਗਲ ਕੀਤੀ, ਇੰਨੇ ਤਜਰਬੇ ਨੇ ਜ਼ਿੰਦਗੀ ਦੇ ਇਕੱਠੇ ਹੋ ਗਏ, ਉਹ ਬੰਦੇ ਫਿਰ ਉਹ ਤਜਰਬਿਆਂ ਨੂੰ ਐਂ ਕਹਿੰਦੇ ਵੀ ਪਤਾ ਨਹੀਂ ਕੀ ਕੁਛ ਕਰ ਲਿਆ ਸੀ ਨੇ। ਅਤੇ ਉਹੀ ਆ, ਇਸ ਤੋਂ ਬਿਨਾਂ ਹੁਣ ਜੇ ਆਪਾਂ ਇਹਦੀ ਗੱਲ ਕਰੀਏ, ਇਕੱਲਾ ਸਿਰਫ ਸੁਸਾਈਡ ਨਹੀਂ, ਆਪਾਂ ਨੋਰਮਲ ਨਸ਼ਿਆਂ ਦੀ ਗੱਲ ਕਰੀਏ, ਉਹ ਵੀ ਸਟ੍ਰੈਸ ਆ। ਕਈ ਬੰਦੇ ਸਟ੍ਰੈਸ ਤੋਂ ਬਚ ਕੇ ਜਿਹੜੇ ਛੋਟੇ ਦਿਲ ਵਾਲੇ ਹੁੰਦੇ ਨੇ ਉਹ ਗਲਤ ਪਾਸੇ ਜਾਂਦੇ ਨੇ, ਪਰ ਜਿਹੜੇ ਥੋੜ੍ਹੇ ਠੀਕ ਠਾਕ ਹੁੰਦੇ ਨੇ ਉਹ ਸਟ੍ਰੈਸ ਹੁੰਦੀ ਆ, ਪਰ ਸਟ੍ਰੈਸ ਨੂੰ ਕੰਟਰੋਲ ਕਰਨ ਵਾਸਤੇ ਫਿਰ ਨਸ਼ਿਆਂ ਦੇ ਪਿੱਛੇ ਪੈ ਜਾਂਦੇ ਨੇ, ਅਤੇ ਉਹਦੇ ਨਾਲ ਹੋਰ ਨੁਕਸਾਨ ਹੈ ਨਾ, ਵੀ ਹੁਣ ਇਸ ਤੋਂ ਬਾਅਦ ਦੇ ਵਿੱਚ ਫਿਰ ਓਵਰਡੋਜ਼ ਹੋਣ ਲੱਗ ਜਾਂਦੀ ਆ, ਨਸ਼ਿਆਂ ਦੀ ਡੋਜ਼ ਜ਼ਿਆਦਾ ਰਹਿਣ ਲੱਗ ਜਾਂਦੇ ਨੇ, ਅਤੇ ਉਸ ਤੋਂ ਬਾਅਦ ਨਸ਼ੇ ਨਾਲ ਹੀ ਰੈਥਾਂ ਹੋਣ ਲੱਗ ਜਾਂਦੇ ਨੇ। ਜਿਵੇਂ ਹੁਣ ਆਪਾਂ ਉਹਦੀ ਗੱਲ ਕਰੀਏ ਨਾ, ਬਰੈਂਪਟਨ ਦੇ ਵਿੱਚ ਜਿਹੜੀ ਉਹ ਆ ਨਾ, ਜਿੱਥੋਂ ਇੰਡੀਆ ਦੇ ਵਿੱਚ ਵਾਪਸ ਲਾਸ਼ਾਂ ਭੇਜਦੇ ਨੇ, ਕੀ ਨਾਮ ਉਹਦਾ, ਲੋਟਸ, ਆਈ ਡੋਂਟ ਨੋ ਉਹਦਾ ਨਾਮ, ਮੈਂ ਮੈਨਸ਼ਨ ਕਰ ਦੂੰਗਾ ਇੱਥੇ, ਅਤੇ ਉਹ ਆਪਦਾ ਰਿਕਾਰਡ ਦੱਸ ਰਹੇ ਨੇ, ਕਹਿੰਦੇ ਵੀ ਘੱਟ ਤੋਂ ਘੱਟ 4-5 ਡੈੱਡ ਬੋਡੀਆਂ ਉਹ ਇੰਡੀਆ ਭੇਜ ਰਹੇ ਨੇ, ਸਿਰਫ ਸੁਸਾਈਡ ਅਤੇ ਓਵਰਡੋਜ਼ ਵਾਲੇ ਦੀਆਂ, ਨਹੀਂ ਨਹੀਂ ਘੱਟ ਮਹੀਨੇ ਦੀਆਂ ਸਿਰਫ ਇੱਕ ਜਗ੍ਹਾ ਵਾਲੇ ਕਹਿੰਦੇ ਨੇ, ਸਿਰਫ ਇੱਕ ਵਾਲੇ, ਬਾਕੀ ਕਈ ਨੇ ਬਰੈਂਪਟਨ ਦੇ ਵਿੱਚ ਉਹ, ਹਾਂ ਉਹ ਕਹਿੰਦੇ ਸਿਰਫ 4-5 ਸਿਰਫ ਅਸੀਂ ਭੇਜ ਰਹੇ ਹਾਂ, ਘੱਟ ਤੋਂ ਘੱਟ ਜਿਨ੍ਹਾਂ ਦੀ ਕੋਈ ਖਬਰ ਵੀ ਨਹੀਂ ਆਉਂਦੀ ਹੈਗੀ। ਤੁਸੀਂ ਦੇਖੋ ਵੀ ਕਿੱਥੇ ਤੱਕ ਜਾ ਰਹੀ ਹੈ ਗੱਲ ਇਹ, ਹੈ ਨਾ। ਮਾਂ ਬਾਪ ਵੀ ਸਾਰੇ ਕਹਿ ਤਾਂ ਲੈਂਦੇ ਨੇ ਵੀ ਹਾਂ ਜੇ ਪੰਜਾਬ ਰਹਿੰਦਾ ਸਾਡਾ ਜਵਾਕ ਤਾਂ ਕੀ ਕਰ ਲੈਂਦਾ, ਘੱਟੋ ਘੱਟ ਸੁਸਾਈਡ ਤਾਂ ਨਾ ਕਰਦਾ, ਤੁਹਾਡੇ ਨਾਲ ਤਾਂ ਰਹਿੰਦਾ, ਜਿਉਂਦਾ ਤਾਂ ਰਹਿੰਦਾ, ਪੂਰੀ ਜ਼ਿੰਦਗੀ ਤਾਂ ਮੰਨ ਕੇ ਜਾਂਦਾ, ਜੇ ਕੁਛ ਘੱਟ ਰੋਟੀ ਘੱਟ ਖਾ ਲੈਂਦਾ, ਪਰ ਘੱਟੋ ਘੱਟ ਪੂਰੀ ਜ਼ਿੰਦਗੀ ਤਾਂ ਗੱਲ ਕਰ ਸਕਦਾ ਸੀ, ਉਹ ਕਿਸੇ ਚੱਜ ਨਾਲ ਰਹਿ ਤਾਂ ਸਕਦਾ ਸੀ ਯਾਰ, ਕਮ ਸੇ ਕਮ ਚਲੋ ਬਾਹਲਾ ਨਹੀਂ ਕਹਿੰਦੇ ਵੀ ਤੁਸੀਂ ਜੇ
ਜਵਾਕ ਭੇਜੋ 18 ਸਾਲ ਦਾ ਭੇਜੋ, ਤੁਹਾਡੀ ਇੱਛਾ ਹੈ ਨਾ, ਪਰ ਉਹਨੂੰ ਕਮ ਸੇ ਕਮ ਇੰਨਾ ਕੁ ਸ਼ਾਰਪ ਕਰਕੇ ਤਾਂ ਭੇਜੋ ਵੀ ਹਾਂ ਉਹ ਚੰਗੀ ਮਾੜੀ ਚੀਜ਼ ਨੂੰ ਦੇਖ ਸਕੇ, ਵੀ ਉਹ ਟੈਨਸ਼ਨ ਤੋਂ ਤਾਂ ਦੂਰ ਰਹਿ ਸਕੇ। ਇੰਨਾ ਕੁ ਤਾਂ ਬਿਲਕੁਲ ਹੌਸਲਾ ਦੇ ਕੇ ਭੇਜੋ, ਇੰਨਾ ਕੁ ਤਾਂ ਉਹਨੂੰ ਚੜ੍ਹਦੀ ਕਲਾ 'ਚ ਦੇ ਕੇ ਭੇਜੋ ਵੀ ਪੁੱਤ ਕੋਈ ਗੱਲ ਨਹੀਂ ਤੇਰੇ ਪਿੱਛੇ ਅਸੀਂ ਖੜੇ ਹਾਂ, ਇੰਨਾ ਕੁ ਹੌਸਲਾ ਬਹੁਤ ਹੁੰਦਾ। ਬਿਲਕੁਲ ਚੱਲ ਦਲੇਰ, ਬਸ ਆਪਾਂ ਇਹੀ ਗੱਲ ਕਰਨੀ ਸੀ ਵੀਡੀਓ ਦੇ ਵਿੱਚ, ਹੈ ਨਾ, ਜੇ ਤੁਹਾਨੂੰ ਸਾਡੀ ਵੀਡੀਓ ਇਨਫੋਰਮੇਟਿਵ ਲੱਗੀ ਬਿਲਕੁਲ। ਤੇ ਪਰ ਹੁਣ ਇਹਦੇ ਵਿੱਚ ਅਸੀਂ ਵੀ ਨਹੀਂ ਕਹਿ ਸਕਦੇ ਵਧੀਆ ਲੱਗੀ, ਕਿਉਂਕਿ ਇਹਦੇ ਵਿੱਚ ਜੋ ਅਸੀਂ ਸੁਣਾਇਆ ਮੋਸਟਲੀ ਥੋੜ੍ਹੇ ਜਿਹੇ ਦੁੱਖਦਾਇਕ ਗੱਲਾਂ ਹੀ ਨੇ, ਜਿਹੜੀਆਂ ਕਹਿਣ ਲੱਗੇ ਵੀ ਸਾਨੂੰ ਥੋੜ੍ਹਾ ਜਿਹਾ ਇਹ ਹੁੰਦਾ ਨਾ ਕਿ ਰੌਂਗਟੇ ਖੜੇ ਹੋ ਜਾਂਦੇ ਨੇ ਵੀ ਯਾਰ ਆਹ ਗੱਲ ਵੀ ਕਿਵੇਂ ਅਸੀਂ ਕਰ ਸਕ ਰਹੇ ਹਾਂ, ਹੈ ਨਾ, ਹਿੰਮਤ ਚਾਹੀਦੀ ਇਹਦੇ ਵਾਸਤੇ ਵੀ। ਅਤੇ ਤੁਸੀਂ ਵੀ, ਹੈ ਨਾ, ਇਹ ਵੀਡੀਓ ਨੂੰ ਸ਼ੇਅਰ ਕਰਿਓ ਘੱਟੋ ਘੱਟ ਸਾਰਿਆਂ ਕੋਲ, ਇਨਫੋਰਮੇਸ਼ਨ ਤਾਂ ਹੋਣੀ ਚਾਹੀਦੀ ਹੈ। ਲੋਕ ਸਿਰਫ ਆਈਫੋਨ ਦੇਖ ਕੇ, ਬਾਹਰ ਲੈਂਦੀਆਂ ਕਮੈਰੋਆਂ ਵੱਡੀਆਂ ਵੱਡੀਆਂ ਚੈਲੇਂਜਰਾਂ ਗੱਡੀਆਂ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਨੇ, ਇੰਡੀਆ ਕਨੇਡਾ ਤੋਂ ਇੰਡੀਆ 2 ਮਹੀਨੇ ਵਾਸਤੇ ਆਉਂਦਾ, ਥਾਰ ਲੈ ਲੈਂਦਾ, ਉਹ ਗੱਲਾਂ ਬਹੁਤ ਲਿਮਿਟਡ ਨੇ, 1-2% ਉਹ ਗੱਲ ਹੈਗੀ ਆ। ਪਰ ਜਿਹੜੇ ਮਾੜੀਆਂ ਚੀਜ਼ਾਂ ਹੋ ਰਹੀਆਂ ਨੇ ਉਸ ਨੂੰ ਕੋਈ ਨਹੀਂ ਦੱਸਦਾ ਹੈਗਾ, ਉਹ ਸਿਰਫ ਤੁਹਾਨੂੰ ਅਸੀਂ ਹੀ ਦੱਸ ਰਹੇ ਹਾਂ। ਸਾਨੂੰ ਵੀ ਥੱਲੇ ਲੋਕ ਕਮੈਂਟਾਂ ਦੇ ਵਿੱਚ ਗਾਲਾਂ ਕੱਢੋਗੇ, ਤੁਸੀਂ ਨੈਗੇਟਿਵ ਗੱਲਾਂ ਕਰਦੇ, ਤੁਸੀਂ ਕੋਈ ਚੱਜ ਦੀ ਗੱਲ ਨਹੀਂ ਕਰਦੇ, ਸਿੱਧੀ ਗੱਲ ਨਹੀਂ ਕਰਦੇ, ਤੁਸੀਂ ਸਾਨੂੰ ਇਹ ਨਹੀਂ ਦੱਸਦੇ ਹੈਗੇ, ਚੰਗੀਆਂ ਗੱਲਾਂ ਵੀ ਤੁਸੀਂ ਗਿਣੋ, ਚੰਗੇ ਪੁਆਇੰਟ ਵੀ ਗਿਣੋ, ਕਨੇਡਾ ਆਏ ਅਸੀਂ, ਕਨੇਡਾ ਜੰਮਿਆ, ਸਾਡੀ ਗੱਲ ਸੁਣੋ, ਉਹ ਸਾਰਿਆਂ ਦੇ ਆਪਦੇ ਆਪਦੇ ਪੁਆਇੰਟ ਨੇ। ਪਰ ਜਿਹੜਾ ਸਾਡਾ ਪੁਆਇੰਟ ਆ ਤਾਂ ਇਹ ਵੀ ਤਾਂ ਕਿਸੇ ਕੋਲ ਜਾਣਾ ਚਾਹੀਦਾ ਨਾ, ਇਹ ਵੀ ਤਾਂ ਸਾਨੂੰ ਪਤਾ ਹੋਣਾ ਚਾਹੀਦਾ, ਇਸ ਲਈ ਤੁਸੀਂ ਸਪੋਰਟ ਜ਼ਰੂਰ ਕਰਦੇ ਰਹੋ, ਹੈ ਨਾ। ਬਾਕੀਆਂ ਜੇ ਬਾਕੀ ਕਮੈਂਟ ਕਰਨੇ ਤਾਂ ਤੁਸੀਂ ਵੀ ਉੱਥੇ ਕਮੈਂਟ ਕਰਕੇ ਦੱਸੋਗੇ ਹਾਂ ਬਿਲਕੁਲ ਸਹੀ ਗੱਲ ਆ, ਅਸੀਂ ਵੀ ਇਹ ਗੱਲ ਨਾਲ ਵੀ ਆਪਾਂ ਕਹਿੰਦੇ ਵੀ ਮੰਨਦੇ ਹਾਂ ਇਸ ਗੱਲ ਨੂੰ, ਹੈ ਨਾ। ਅਤੇ ਚਲੋ, ਬਾਕੀ ਸਾਰੇ ਸਪੋਰਟ ਕਰਨ ਵਾਲਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕੁਛ ਕਮੈਂਟ ਨਹੀਂ ਕਰਨਾ, ਘੱਟੋ ਘੱਟ ਕੋਈ ਇਮੋਜੀ ਹੀ ਪੋਸਟ ਕਰ ਦਿਓ, ਸਾਨੂੰ ਹੌਸਲਾ ਆਊਗਾ ਕਿ ਹਾਂ ਤੁਸੀਂ ਅੱਜ ਤੱਕ ਸਾਡੀ ਵੀਡੀਓ ਦੇਖੀ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।